ਪਹਿਲਾਂ ਹੋਏ ਅੱਜ ਨਾਲੇ ਤਿੰਨ ਪਰਚੇ ਕੌਨਵੈਂਟ ਬਾਹਰੋਂ ਮੁੰਡਾ ਦਿੱਤਾ ਚੱਕ ਸੀ ਚੱਕ ਕੇ ਅੱਡੀਆਂ ਦੇਖਦੇ ਸੀ ਲੋਕੀ ਜਦੋਂ ਤੁਹਾਡੇ ਘਰ ਆਲਦੀ ਮੈਂ ਮੁੜੀ ਉਹੀ ਚੱਲੇ ਸੀ ਨੇ ਟੋਲਾ ਖਾਈ ਦੀ ਆ ਪੀਮ ਕਾਲਜਾਂ ਚ ਆ ਚਰਚੇ ਸਕੈਮ ਬਦਲੇ ਸੋ ਹੈ ਗਾਇਸ ਕੀ ਹਾਲ ਚਾਲ ਸਭ ਤੋਂ ਫੁੱਲੀ ਸਾਰੇ ਵਧੀਆ ਹੋਵੋਗੇ ਗੁਰਿੰਦਰ ਗਿੱਲ ਕਿੱਥੇ ਆ ਗੁਰਿੰਦਰ ਗਿੱਲ ਕਿੱਥੇ ਆ ਸਾਰਾ ਪੰਜਾਬ ਇਹ ਚੀਜ਼ ਪੁੱਛ ਰਿਹਾ ਅਤੇ ਕੁਛ ਚੀਜ਼ਾਂ ਨੇ ਕੁਛ ਕਮੈਂਟਸ ਵੀ ਮੈਨੂੰ ਆਏ ਆ ਡਿਫਰੈਂਟ ਤਰੀਕੇ ਦੇ ਠੀਕ ਹੈ ਥੋੜ੍ਹੇ ਜਿਵੇਂ ਕਿ ਇੱਕ ਹੁੰਦਾ ਨਾ ਇੱਕ ਦੱਸਿਆ ਗਿਆ ਹੁੰਦਾ ਕਿ ਇੱਦਾਂ ਵੀ ਹੋ ਸਕਦਾ ਇੱਦਾਂ ਦਾ ਕਰਕੇ ਸੋ ਬਹੁਤ ਚੀਜ਼ਾਂ ਨੇ ਜਿਹੜੀਆਂ ਮਤਲਬ ਕੁਛ ਚੀਜ਼ਾਂ ਮੈਂ ਖੁਦ ਵੱਲੋਂ ਵੀ ਸੋਚੀਆਂ ਨੇ ਕਿ ਆਹ ਕਾਰਨ ਵੀ ਹੋ ਸਕਦੇ ਗੁਰਿੰਦਰ ਗਿੱਲ ਇਸ ਐਲਬਮ 'ਚ ਨਾ ਹੋਣ ਕਾਰਨ ਅਤੇ ਗੁਰਿੰਦਰ ਗਿੱਲ ਦਾ ਥੋੜ੍ਹੇ ਟਾਈਮ ਤੋਂ ਗਾਣਾ ਵੀ ਨਹੀਂ ਆਇਆ ਕੋਈ ਏਪੀ ਅਤੇ ਸ਼ਿੰਦਾ ਇਕੱਲੇ ਕਰ ਰਹੇ ਨੇ ਜਾਂ ਏਪੀ ਬਿਲਕੁਲ ਇਕੱਲਾ ਕਰ ਰਿਹਾ ਟਰੈਕ ਸੋ ਦੇਖਦੇ ਹਾਂ ਅੱਗੇ ਚੱਲਦੇ ਹਾਂ ਕੀ ਹਿਸਾਬ ਕਿਤਾਬ ਹੈ ਸੋ ਜੀ ਸਭ ਤੋਂ ਪਹਿਲਾ ਕਾਰਨ ਅਤੇ ਬਹੁਤ ਹੀ ਇੱਕ ਆਮ ਜਿਹਾ ਕਾਰਨ ਪਰਸਨਲ ਡਿਸਪਿਊਟ ਕੋਈ ਟੀਮ 'ਚ ਕੋਈ ਗੱਲਬਾਤ ਹੋਈ ਜਾਂ ਕੁਛ ਹੋਇਆ ਠੀਕ ਹੈ ਇੱਦਾਂ ਦੀ ਕੋਈ ਚੀਜ਼ ਹੋ ਸਕਦੀ ਆ ਕੁਛ ਕਈ ਵਾਰ ਹੁੰਦਾ ਕਿ ਟੀਮ ਟੁੱਟੀ ਨਹੀਂ ਹੁੰਦੀ ਟੀਮ 'ਚ ਪਿਆਰ ਬਹੁਤ ਹੁੰਦਾ ਪਰ ਕਈ ਵਾਰ ਥੋੜ੍ਹਾ ਬਹੁਤਾ ਕੁਛ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਆ ਉਹਦੇ ਕਰਕੇ ਕੁਛ ਆਰਟਿਸਟ ਓਵਰਕਮ ਕਰਦੇ ਹੁਣ ਜਿਵੇਂ ਇੱਕ ਟੀਮ ਹੁੰਦੀ ਆ ਓਬਵੀਅਸਲੀ ਜਦੋਂ ਤਿੰਨ ਜਣਿਆਂ ਦਾ ਟ੍ਰੀ ਹੋ ਉਹਦੇ 'ਚ ਏਪੀ ਨੂੰ ਕਾਫੀ ਜ਼ਿਆਦਾ ਲੋਕ ਜ਼ਿਆਦਾ ਮਤਲਬ ਉਹਦੇ ਫੇਮ ਜ਼ਿਆਦਾ ਹੋ ਗਈ ਚਾਹੇ ਮਤਲਬ ਮੇਰਾ ਪਰਸਨਲੀ ਮੰਨਣਾ ਹੈ ਕਿ ਗੁਰਿੰਦਰ ਦੀ ਵੋਕਲ ਮੈਨੂੰ ਜ਼ਿਆਦਾ ਪਰਸਨਲੀ ਜ਼ਿਆਦਾ ਵਧੀਆ ਲੱਗਦੀ ਹੈ ਅਤੇ ਸ਼ਿੰਦਾ ਬਿਰਾ ਤਾਂ ਚਲੋ ਹੈ ਹੀ ਘੈਂਟ ਆ ਗਾਉਂਦਾ ਵੀ ਘੈਂਟ ਆ ਲਿਖਦਾ ਵੀ ਘੈਂਟ ਆ ਗਾਉਣ 'ਚ ਤਾਂ ਬੜਾ ਡਿਫਰੈਂਟ ਜਿਹਾ ਤਰੀਕਾ ਹੈ ਨਾ ਸੋ ਕਈ ਵਾਰ ਥੋੜ੍ਹਾ ਬਹੁਤਾ ਹੋ ਜਾਂਦੀ ਹੈ ਗੱਲਬਾਤ ਵੀ ਠੀਕ ਆ ਇਹ ਵੀ ਕਾਰਨ ਹੋ ਸਕਦਾ ਬਟ ਇਹ ਕਾਰਨ ਕਿਤੇ ਨਾ ਕਿਤੇ ਬਹੁਤ ਘੱਟ ਚਾਂਸ ਲੱਗ ਰਹੇ ਬਹੁਤ ਮਾਈਨਰ 1-2% ਚਾਂਸ ਲੱਗ ਰਹੇ ਨੇ ਕਿਉਂ ਕਿਉਂਕਿ ਗੁਰਿੰਦਰ ਨੇ ਐਲਬਮ ਸ਼ੇਅਰ ਕੀਤੀ ਹੈ ਗੁਰਿੰਦਰ ਨੇ ਐਲਬਮ ਪੋਸਟ ਕੀਤੀ ਹੈ ਠੀਕ ਹੈ ਸੋ ਇਸ ਤੋਂ ਪਤਾ ਲੱਗਦਾ ਹੈ ਕਿ ਟੀਮ ਤਾਂ ਇਕੱਠੀ ਹੈ ਯਾਰੀ ਤਾਂ ਹੈਗੀ ਹੈ ਨਾ ਜੀ ਅੱਗੇ ਇੱਕ ਚੀਜ਼ ਹੋਰ ਹੋ ਸਕਦੀ ਹੈ ਸੈਕਿੰਡ ਨੰਬਰ 'ਤੇ ਗਲਾ ਠੀਕ ਨਹੀਂ ਹੈਗਾ ਠੀਕ ਹੈ ਕਈ ਵਾਰ ਹੋ ਜਾਂਦਾ ਨਾ ਜਿਵੇਂ ਗੈਰੀ ਸੰਧੂ ਨੇ ਲਾਸਟ ਈਅਰ ਕਰੋਨਾ ਹੋਇਆ ਸੀ ਮੈਂ ਫਿਰ ਇੱਕ ਵਾਰੀ ਗੱਲ ਕਲੀਅਰ ਕਰਨਾ ਚਾਹੁੰਦਾ ਉਦੋਂ ਬਾਅਦ ਮੈਂ ਕਈ ਵਾਰੀ ਸਟੂਡੀਓ ਗਿਆ ਨਹੀਂ ਗੱਲ ਬਣਦੀ ਗਲਾ ਨਹੀਂ ਚੱਲ ਰਿਹਾ ਯਾਨੀ ਕਿ ਆਵਾਜ਼ ਬਿਲਕੁਲ ਜਾ ਚੁੱਕੀ ਹੈ ਅਤੇ ਹੁਣ ਇਸ਼ਕ ਗਾਣਾ ਅਤੇ 4-5 ਹੋਰ ਗਾਣੇ ਮੈਂ ਕਰੋਨਾ ਤੋਂ ਪਹਿਲਾਂ ਹੀ ਰਿਕਾਰਡ ਕੀਤੇ ਸੀ ਸ਼ਾਇਦ 4-5 ਹੀ ਗਾਣੇ ਮੇਰੀ ਜ਼ਿੰਦਗੀ ਦੇ ਲਾਸਟ ਹੀ ਗਾਣੇ ਲੱਗਦੇ ਮੈਨੂੰ ਅਤੇ ਸੁਣ ਲਿਓ ਜ਼ਰੂਰ 1-2 ਜਾਂ ਸਿੱਧੂ ਬਾਈ ਨੇ ਵੀ ਦੱਸਿਆ ਸੀਗਾ ਕਿ ਯਾਰ ਥੋੜ੍ਹਾ ਗਲਾ ਠੀਕ ਨਹੀਂ ਹੈਗਾ ਥੋੜ੍ਹਾ ਹੈ ਨਾ ਉਸ ਤਰੀਕੇ ਨਾਲ ਪ੍ਰੋਬਲਮ ਹੋ ਜਾਂਦੀ ਕਈ ਵਾਰ ਸਿੰਗਰਾਂ ਦੇ ਸੋ ਉਸ ਤਰੀਕੇ ਨਾਲ ਵੀ ਹੋ ਸਕਦੀ ਕੋਈ ਦਿੱਕਤ ਕਈ ਵਾਰ ਗਲਾ ਨਹੀਂ ਠੀਕ ਹੁੰਦਾ ਕਿਸੇ ਬੰਦੇ ਦਾ ਹੋ ਜਾਂਦੀ ਹੈ ਨਾ ਦਿੱਕਤ ਮਤਲਬ ਗਾ ਨਹੀਂ ਹੁੰਦਾ ਜਾਂ ਕੋਈ ਚੱਕਰ ਹੋ ਜਾਂਦਾ ਕਈ ਵਾਰ ਕੋਈ ਠੰਡਾ ਸੱਟਾ ਬੰਦਾ ਪੀ ਲੈਂਦਾ ਸੋ ਉਸ ਚੱਕਰ 'ਚ ਵੀ ਹੋ ਸਕਦਾ ਹੈ ਨਾ ਇੱਕ ਬਹੁਤ ਹੀ ਫਨੀ ਜਿਹਾ ਮਤਲਬ ਇੱਕ ਟੌਪਿਕ ਹੈ ਇਹ ਮੇਰੇ ਕੋਲ ਫਨੀ ਜਿਹਾ ਇੱਕ ਐਕਸਕਿਊਜ਼ ਹੈ ਮੇਰੇ ਕੋਲ ਗੁਰਿੰਦਰ ਵਾਸਤੇ ਕਿ ਜਿਵੇਂ ਕਈ ਵਾਰ ਸਿੰਗਰ ਨੂੰ ਇਹ ਹੁੰਦਾ ਕਿ ਯਾਰ ਬਥੇਰੇ ਗਾਣੇ ਚੱਲੀ ਜਾਂਦੇ ਆ ਕੋਈ ਗੱਲ ਨਹੀਂ ਟੀਮ 'ਚ ਬੈਠੇ ਹਾਂ ਕਿ ਓਵਰਆਲ ਤਾਂ ਤਿੰਨਾਂ 'ਚ ਓਬਵੀਅਸਲੀ ਤਿੰਨਾਂ 'ਚ ਡਿਸਟ੍ਰੀਬਿਊਟ ਹੁੰਦਾ ਹੋਣਾ ਮਨੀ ਹੈ ਨਾ ਸੋ ਕਈ ਵਾਰ ਸਿੰਗਰ ਨੂੰ ਹੋ ਜਾਂਦਾ ਕਿ ਯਾਰ ਚੱਲ ਮੈਂ ਤਾਂ ਬੈਠਾ ਕੋਈ ਗੱਲ ਨਹੀਂ ਏਪੀ ਤੇਰੀ ਬਥੇਰੀ ਚੜ੍ਹਾਈ ਹੈ ਤੂੰ ਚੱਲੀ ਜਾ ਤੂੰ ਕੱਢ ਗਾਣਾ ਕੋਈ ਚੱਕਰ ਨਹੀਂ ਮੈਂ ਆਰਾਮ ਨਾਲ ਹੌਲੀ ਜਿਹੀ ਕੱਢ ਲਊਗਾ ਹੈ ਨਾ ਇਹ ਜਸਟ ਇੱਕ ਫਨੀ ਜਿਹਾ ਮਤਲਬ ਇੱਕ ਮੇਰੇ ਕੋਲ ਆਇਆ ਸੀਗਾ ਦਿਮਾਗ 'ਚ ਮੈਂ ਕਿਹਾ ਚਲੋ ਇਹ ਵੀ ਦੱਸ ਦਿੰਦੇ ਲੋਕਾਂ ਨੂੰ ਹੋ ਸਕਦਾ ਕੋਈ ਪਤਾ ਨਹੀਂ ਹੁੰਦਾ ਪੰਜਾਬੀਆਂ ਦੇ ਦਿਮਾਗ ਬਥੇਰੇ ਕੁ ਸੁੱਤੇ ਚੱਲਦੇ ਆ ਕੋਈ ਪਤਾ ਨਹੀਂ ਕਿਦਾਂ ਚੱਲ ਜਾ ਹੈ ਨਾ ਜੀ ਇੱਕ ਐਸਾ ਪੁਆਇੰਟ ਜਿਹਦੀ ਮੋਸਟ ਜ਼ਿਆਦਾ ਮੈਨੂੰ ਪੋਸੀਬਿਲਿਟੀ ਮੋਸਟ ਪੋਸੀਬਿਲਿਟੀ ਜਿਸ ਦੀ ਮੈਨੂੰ ਫੀਲ ਹੋ ਰਹੀ ਹੈ ਉਹ ਹੈਗਾ ਗੋਇੰਗ ਟੂ ਰਿਲੀਜ਼ ਇਸ ਓਨ ਐਲਬਮ ਯਾਨੀ ਕਿ ਹੁਣ ਜਿਹੜੀ ਨੈਕਸਟ ਐਲਬਮ ਜਾਂ ਨੈਕਸਟ ਟਰੈਕ ਆਏਗਾ ਕਾਫੀ ਹੱਦ ਤੱਕ ਉਹਦੀ ਉਮੀਦ ਹੈ ਜਿਹਦੇ ਮੈਨੂੰ 80% ਚਾਂਸ ਲੱਗ ਰਹੇ ਨੇ ਕਿ ਗੁਰਿੰਦਰ ਹੁਣ ਆਪਣੀ ਐਲਬਮ ਲੈ ਕੇ ਆਏਗਾ ਜਿਹਦੇ 'ਚ ਏਪੀ ਵੀ ਹੋ ਸਕਦਾ ਸ਼ਿੰਦਾ ਵੀ ਹੋ ਸਕਦਾ ਜੀ ਮਾਈਨਰ ਬਾਈ ਵੀ ਹੋ ਸਕਦਾ ਅਤੇ ਇਹ ਵੀ ਹੋ ਸਕਦਾ ਕਿ ਸ਼ਿੰਦੇ ਦੇ ਲਿਖੇ ਹੋਣ ਅਤੇ ਗੁਰਿੰਦਰ ਇਕੱਲਾ ਗਾਵੇ ਠੀਕ ਹੈ ਜਾਂ ਸ਼ਿੰਦਾ ਬਾਈ ਨਾਲ ਗਾਵੇ ਏਪੀ ਫੀਚਰ ਨਾ ਕਰੇ ਅਤੇ ਏਪੀ ਫੀਚਰ ਕਰ ਵੀ ਸਕਦਾ ਕੁਛ ਵੀ ਹੋ ਸਕਦਾ ਬਟ ਹੁਣ ਜਿਹੜੀ ਐਲਬਮ ਆਏਗੀ ਉਹਦੇ 'ਚ 80% ਚਾਂਸ ਮੈਨੂੰ ਲੱਗ ਰਹੇ ਨੇ ਕਿ ਉਹਦੇ 'ਚ ਗੁਰਿੰਦਰ ਪੱਕਾ ਹੋਏਗਾ ਅਤੇ ਉਹ ਗੁਰਿੰਦਰ ਦੀ ਐਲਬਮ ਹੋਏਗੀ ਕਾਫੀ ਹੱਦ ਤੱਕ ਠੀਕ ਹੈ ਕਿਉਂਕਿ ਏਪੀ ਥੋੜ੍ਹਾ ਰੋਮੈਂਟਿਕ ਸਾਈਡ ਹੈ ਗੁਰਿੰਦਰ ਜਿਹੜਾ ਨਾ ਥੋੜ੍ਹਾ ਗੁਰਿੰਦਰ ਥੋੜ੍ਹਾ ਜੱਟ ਤਬਕਾ ਥੋੜ੍ਹਾ ਉਹਦੇ ਗਾਣਿਆਂ 'ਚ ਹੈਗਾ ਸੀ ਜਿਵੇਂ ਡੋਨਟ ਟਸਟ ਵਗੈਰਾ ਡਰੋਪ ਟਾਪ ਥੋੜ੍ਹਾ ਉਹਨਾਂ 'ਚ ਦਿਖਦਾ ਸੀ ਇਹ ਚੀਜ਼ਾਂ ਹਾਂ ਸੋ ਇੱਕ ਹੋਰ ਚੀਜ਼ ਹੈ ਜੀ ਜਿਹੜਾ ਕਿ ਨੋਟ ਸ਼ਿਓਰ ਬਟ ਮੈਨੂੰ ਇੱਕ ਕੋਮੈਂਟ ਆਇਆ ਸੀਗਾ ਉਹਦੇ 'ਚ ਸੀਗਾ ਕਿ ਜਿਹੜਾ ਗੁਰਿੰਦਰ ਆ ਉਹ ਸਟੂਡੀਓ ਨਹੀਂ ਆ ਸਕਿਆ ਉਹ ਰਿਹਰਸਲ 'ਚ ਬਿਜ਼ੀ ਆ ਉਹ ਨੋਟ
ਐਟ ਅ ਟਾਈਮ ਸਟੂਡੀਓ 'ਚ ਪ੍ਰੈਜੈਂਟ ਨਹੀਂ ਹੈਗਾ ਕਿਉਂਕਿ ਕਈ ਵਾਰ ਕੀ ਹੁੰਦਾ ਜਿਹੜੇ ਗਾਣੇ ਹੁੰਦੇ ਨੇ ਨਾ ਜਦੋਂ ਸਿੰਗਰ ਵਧੀਆ ਬਣ ਜਾਂਦਾ ਕਿਉਂਕਿ ਲਿਖੇ ਹੁੰਦੇ ਨੇ ਆਲਰੇਡੀ ਵਾਈਬਿੰਗ ਕੀਤੀ ਹੁੰਦੀ ਹੈ ਕਾਫੀ ਟਾਈਮ ਤੋਂ ਅਤੇ ਕਈ ਵਾਰੀ ਮਤਲਬ ਕਿ ਗਾਣੇ ਝੱਟ ਬਣ ਜਾਂਦੇ ਆ ਦਿਨ 'ਚ ਵੀ ਮੈਂ ਦੇਖਿਆ ਲੋਕਾਂ ਨੂੰ ਦੋ ਦੋ ਤਿੰਨ ਤਿੰਨ ਗਾਣੇ ਬਣਾਉਂਦਿਆਂ ਨੂੰ ਕਈ ਵਾਰ ਵੋਕਲ ਦੇ ਜਾਂਦੇ ਆ ਸਿੰਗਰ ਪਿੱਛੇ ਮਿਊਜ਼ਿਕ ਡਾਇਰੈਕਟਰ ਆਪਣਾ ਬਹਿ ਕੇ ਕੰਮ ਕਰਦਾ ਰਹਿੰਦਾ ਸੋ ਇਸ ਤਰੀਕੇ ਨਾਲ ਵੀ ਹੋ ਸਕਦਾ ਨਾ ਕਿ ਹੋ ਸਕਦਾ ਕਿ ਗੁਰਿੰਦਰ ਕਿਤੇ ਬਿਜ਼ੀ ਹੋਵੇ ਸੋ ਇਹ ਸੀਗੀਆਂ ਜਸਟ ਮੇਰੀ ਪ੍ਰੈਡਿਕਸ਼ਨਸ ਨੇ ਕੋਈ ਵੀ ਇਹਨਾਂ 'ਚੋਂ ਸੱਚ ਵੀ ਹੋ ਸਕਦੀ ਹੈ ਝੂਠੇ ਵੀ ਹੋ ਸਕਦੇ ਗਲਤ ਵੀ ਹੋ ਸਕਦੀ ਹੈ ਸੋ ਇਹ ਨਾ ਮੰਨ ਲਿਓ ਕਿ ਇਹਨਾਂ 'ਚੋਂ ਕੋਈ ਨਾ ਕੋਈ ਸੱਚੀ ਹੋ ਗਈ ਬਟ ਐਲਬਮ ਵਾਲੀ ਮੈਨੂੰ ਅਤੇ ਨੈਕਸਟ ਟਰੈਕ ਵਾਲੀ ਆ ਮੈਨੂੰ ਕਾਫੀ ਹੱਦ ਤੱਕ ਉਹ ਪੋਸੀਬਿਲਿਟੀ ਦਿਖ ਰਹੀ ਹੈ ਤਾਂ ਥੈਂਕ ਯੂ ਫੋਰ ਵਾਚਿੰਗ ਦ ਵੀਡੀਓ ਸਤਿ ਸ਼੍ਰੀ ਅਕਾਲ।